ਯਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਗੈਰ ਕਾਨੂੰਨੀ ਤੌਰ ਤੇ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਦੋ ਪਰਮਲ ਚਾਵਲ ਦੇ ਟਰੱਕ ਕਾਬੂ ਕਰਨ ਦਾ ਮਾਮਲਾ ਦਰਜ ਡਿਪਟੀ ਕਮਿਸ਼ਨਰ ਗੈਰ ਕਾਨੂੰਨੀ ਢੰਗ ਦੇ ਨਾਲ ਸੈਲਰਾਂ ਚੂ ਮਾਲ ਪਹੁੰਚਾਉਣ ਦੇ ਕਾਰੋਬਾਰ ਦਾ ਪਰਦਾਫਾਸ਼ 648 ਕੁਇੰਟਲ ਚੌਲ ਬਰਾਮਦ ਹੋਏ ਨੇ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਸੰਗਰੂਰ ਦੀਆਂ ਅੰਦਰ ਝੋਨੇ ਦੀ ਖਰੀਦ ਦੇ ਕੰਮ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਸਮੂੱਚੀ ਖਰੀਦ ਪ੍ਰਕਿਰਿਆ ਦਾ ਕੰਮ ਜਾਰੀ ਹੈ ਭਾਰਤ ਦੇ ਵਿੱਚੋਂ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸਿਨ ਨੂੰ ਮਿਲੀ ਮਨਜ਼ੂਰੀ ਕਰੋਨਾ ਟੀਕਾ ਕਰਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਕੋਵੈਕਸਿਨ ਦਾ ਟੀਕਾ ਲਾਇਆ ਜਾ ਸਕੇਗਾ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਡੀਸੀਜੀਆਈ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਦੱਸਣਯੋਗ ਹੈ ਕਿ ਭਾਰਤ ਬਾਇਓਟੈਕ ਅਤੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਮਿਲ ਕੇ ਕੋਵੈਕਸਿਨ ਬਣਾਈ ਹੈ ਤੇ ਇਹ ਭਾਰਤੀ ਕਰੋਨਾ ਟੀਕਾ ਹੈ ਕਰੋਨਾ ਵਿਰੋਧ ਕੋਵੈਕਸਿਨ ਕਲੀਨਿਕਲ ਟਰਾਇਲ ਚ ਲਗਭਗ 78% ਦੀ ਅਸਰਦਾਰ ਸਾਬਤ ਹੋਈ ਸੀ ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਨੂੰ ਲੈ ਕੇ ਜਲਦੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਪੰਜਾਬ ਵਿੱਚ ਬਿਜਲੀ ਸੰਕਟ ਜਾਰੀ ਜਲੰਧਰ ਚ ਰਿਹਾ 9 ਘੰਟੇ ਦਾ ਬਲੈਕਆਊਟ ਕੋਲੇ ਦੀ ਸਪਲਾਈ ਦੇ ਬਾਵਜੂਦ ਬਿਜਲੀ ਦਾ ਸੰਕਟ ਪੰਜਾਬ ਦੇ ਵਿੱਚ ਜਾਰੀ ਹੈ ਜੀ ਕੋਲੇ ਦੇ 12 ਰੈਕ ਰਾਜ ਦੇ ਵਿੱਚ ਪਹੁੰਚੇ ਜਿਸ ਦੇ ਬਾਵਜੂਦ ਪੰਜ ਥਰਮਲ ਪਲਾਂਟ ਜੁੰਟ ਬੰਦ ਪਏ ਹਨ ਸੋਮਵਾਰ ਨੂੰ ਜਲੰਧਰ ਦੇ ਵਿੱਚ ਸਭ ਤੋਂ ਮਾੜੀ ਹਾਲਤ ਸੀ ਇੱਥੇ 24 ਘੰਟਿਆਂ ਦੇ ਦੌਰਾਨ 9 ਘੰਟੇ ਬਲੈਕਆਊਟ ਰਿਹਾ ਵਾਤਾਵਰਨ ਤੇ ਵਰਤਮਾਨ ਦੇ ਵਿੱਚ ਸਥਿਤੀ ਚ ਸੁਧਾਰ ਹੋਣ ਚ 3 ਦਿਨ ਹੋਰ ਲੱਗ ਸਕਦੇ ਨੇ ਉਦੋਂ ਤੱਕ ਪੂਰੇ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਦੇ ਕੋਸ਼ਿਤ ਅਤੇ ਅਨਕੋਸ਼ਿਤ ਇਲਾਕੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ ਰਾਜਪੁਰਾ ਤੇ ਤਲਵੰਡੀ ਨੂੰ 6-6 ਰੈਕ ਮਿਲੇ ਨੇ 5 ਜੁਨਟਾਂ ਦੇ ਵਿੱਚ ਉਤਪਾਦਨ ਬੰਦ ਹੋਇਆ ਪਿਆ ਹੈ Google ਦੀ ਮੁਫਤੀ ਮੇਲ ਸਰਵਿਸ Gmail ਭਾਰਤ 'ਚ ਹੋਈ ਡਾਊਨ ਸੋ Google ਦੀ ਮੁਫਤੀ ਮੇਲ ਸਰਵਿਸ Gmail ਦੇ ਡਾਊਨ ਹੋਣ ਦੀ ਸੂਚਨਾ ਮਿਲੀ ਆ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ Gmail ਸਰਵਿਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਾਰਨ ਯੂਜ਼ਰ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਖਬਰ ਹੈ ਕਿ ਯੂਜ਼ਰ Gmail ਦੇ ਜ਼ਰੀਏ ਇੱਕ ਮੈਸੇਜ ਕੋਈ ਵੀ ਮੈਸੇਜ ਨਹੀਂ ਭੇਜ ਦੇ ਰਿਹਾ ਸਨ ਰਾਮ ਰਹੀਮ ਦੀ ਸੁਣਵਾਈ ਤੋਂ ਪਹਿਲਾਂ ਸਿਰਸਾ ਦੇ ਵਿੱਚ ਹਾਈ ਅਲਰਟ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਡੇਰਾ ਸੌਦਾ ਸਾਧ ਦੇ ਮੁਖੀ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ 11 ਸਾਲਾਂ ਬਾਅਦ ਅੱਜ ਇਸ ਮਾਮਲੇ ਵਿੱਚ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤਾਂ ਦੇ ਕੁਝ ਸਮੇਂ ਬਾਅਦ ਫੈਸਲਾ ਸੁਣਾਏਗੀ ਇਸ ਨੂੰ ਲੈ ਕੇ ਸਿਰਸਾ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਜਾਣ ਵਾਲੀਆਂ ਸਾਰੀਆਂ ਸੜਕਾਂ ਪੁਲਿਸ ਅਤੇ ਨੀਮ ਫੌਜੀ ਕਰਮਚਾਰੀਆਂ ਦੁਆਰਾ ਭਾਰੀ ਸੁਰੱਖਿਆ ਕੀਤੀ ਗਈ ਹੈ ਰਣਜੀਤ ਸਿੰਘ ਕਤਲ ਕੇਸ ਦੇ ਵਿੱਚ ਡੇਰਾ ਮੁਖੀ ਗੁਰਮੀਤ RAM ਰਹੀਮ ਸਮੇਤ ਕੁੱਲ 6 ਦੋਚੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਦੋਚੀ ਡੇਰਾ ਪ੍ਰਬੰਧਕ ਇੰਦਰ ਸਿੰਘ ਦੀ ਮੌਤ ਹੋ ਚੁੱਕੀ ਆ 5 ਦੋਚੀ ਹਾਲੇ ਜਿੰਦਾ ਨੇ ਅੱਜ ਸੁਣਵਾਈ ਦੇ ਦੌਰਾਨ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ ਮਨੁੱਖੀ ਅਧਿਕਾਰਾਂ ਦੇ ਨਾਂ ਤੇ ਦੇਸ਼ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕ ਪੀਐਮ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ 28ਵੇਂ ਸਥਾਪਨਾ ਦਿਵਸ ਮੌਕੇ ਕਿਹਾ ਕਿ ਕੁਝ ਲੋਕ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਆਪਣੇ ਹਿੱਤਾਂ ਲਈ ਕਰਕੇ ਆਪਣੇ ਤਰੀਕੇ ਦੇ ਨਾਲ ਕਰ ਰਹੇ ਹਨ ਉਹਨਾਂ ਨੇ ਕਿਹਾ ਜੀ ਮਨੁੱਖੀ ਅਧਿਕਾਰਾਂ ਨੂੰ ਸਿਆਸੀ ਰੰਗ ਦੇ ਨਾਲ ਦੇਖਣਾ ਵੀ ਉਹਨਾਂ ਦੀ ਉਲੰਘਣਾ ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਨਾਂ ਤੇ ਕੁਝ ਲੋਕ ਦੇਸ਼ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸਾਨੂੰ ਇਸ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ ਪੀਐਮ મોદી ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਨਾਲ-ਨਾਲ ਕਰਤੱਵਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਦੋਂ ਹੁੰਦੀ ਆ ਜਦੋਂ ਉਹਨਾਂ ਨੂੰ ਰਾਜਨੀਤਿਕ ਢੰਗ ਨਾਲ ਦੇਖਿਆ ਜਾਂਦਾ ਹੈ ਰਾਜਨੀਤਿਕ ਲਾਭ ਅਤੇ ਨੁਕਸਾਨ ਦੇ ਤਰਾਜੂ ਦੇ ਨਾਲ ਤੋਲਿਆ ਜਾਂਦਾ ਜਿਵੇਂ ਚੋਣਵੇਂ ਵਿਵਹਾਰ ਲੋਕਤੰਤਰ ਲਈ ਵੀ ਉਹਨੇ ਹੀ ਨੁਕਸਾਨਦੇ ਹਨ ਇਸ ਪ੍ਰੋਗਰਾਮ ਦੇ ਵਿੱਚ ਪੀਐਮ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਐਨਐਚਆਰਸੀ ਦੇ ਚੇਅਰਪਰਸਨ ਜਸਟਿਸ ਅਰਨਾ ਚੌਧਰੀ ਮਿਸ਼ਰਾ ਵੀ ਮੌਜੂਦ ਸਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਦਾ ਨਵਾਂ ਦਾ ਲੋਕਾਂ ਲਈ ਸ਼ੁਰੂ ਕੀਤਾ ਵੱਡਾ ਪ੍ਰੋਗਰਾਮ ਜਾਣਨ ਦੇ ਲਈ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਿਓ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜਣ ਤੋਂ ਪਹਿਲਾਂ ਕਾਂਗਰਸ ਹੁਣ ਲੋਕਾਂ ਦੇ ਵਿੱਚ ਕੰਮਾਂ ਨੂੰ ਲੈ ਕੇ ਸਰਗਰਮ ਹੋਣ ਲੱਗੀ ਆ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹਸ਼ਿਆਰਪੁਰ ਜਲੰਧਰ ਤੇ ਮੁਹਾਲੀ ਦੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਦਰਪੇਸ਼ ਆ ਰੀਆਂ ਮੁਸ਼ਕਲਾ ਸਬੰਧੀ ਸ਼ਿਕਾਇਤਾਂ ਸੁਣਾਈਆਂ ਨੇ ਇਸ ਪਿੱਛੋਂ ਮੁੱਖ ਮੰਤਰੀ ਨੇ ਸੂਵਿਧਾ ਕੈਂਪਾਂ ਦਾ ਯੋਜਨ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਦੇ ਵਿੱਚ ਬੈਠ ਕੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਮਸਲੇ ਮੌਕੇ ਤੇ ਸੁਣ ਕੇ ਹੱਲ ਕਰੇਗਾ ਹੁਣ ਸੇਵਾ ਕੇਂਦਰਾਂ ਦੇ ਰਾਹੀਂ ਮਿਲਣਗੀਆਂ ਪੰਜਾਬ ਮੈਡੀਕਲ ਕਾਉਂਸਲ ਨਾਲ ਸੰਬੰਧਤ 15 ਸੇਵਾਵਾਂ ਆਮ ਜਨਤਾ ਨੂੰ ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਦੇ ਵਿੱਚ ਵਾਧਾ ਕਰਦਿਆ ਪੰਜਾਬ ਮੈਡੀਕਲ ਕਾਉਂਸਲ ਨਾਲ ਸਬੰਧਤ 15 ਨਵੀਆਂ ਸੇਵਾਵਾਂ ਨੂੰ ਈ ਸੇਵਾ ਨਾਲ ਜੋੜ ਦਿੱਤਾ ਗਿਆ ਹੈ ਤਾਂ ਜੋ ਸੇਵਾ ਕੇਂਦਰਾਂ ਦੇ ਮਾਧਿਅਮ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਇਸ ਸੰਬੰਧੀ ਵਿਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਨੇ ਦੱਸਿਆ ਕਿ ਪੰਜਾਬ ਮੈਡੀਕਲ ਕਾਉਂਸਲ ਸਿੱਖਿਆ ਤੇ ਖੋਜ ਵਿਭਾਗ ਦੀਆਂ 15 ਨਵੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਦੇ ਨਾਲ ਜੋੜ ਦਿੱਤੀਆਂ ਗਈਆਂ ਹਨ ਲੜਕੇ ਨੇ ਕੀਤੀ ਖੁਦਕੁਸ਼ੀ ਸੁਸਾਈਡ ਨੋਟ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਦਸਤੀ ਅੰਤਮ ਇੱਛਾ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ 16 ਸਾਲਾ ਨੌਜਵਾਨ ਇੱਕ ਚੰਗਾ ਡਾਂਸਰ ਨਾ ਹੋਣ ਦੇ ਕਾਰਨ ਆਤਮ ਹੱਤਿਆ ਕਰ ਲਈ ਅਜਿਹਾ ਕਰਨ ਤੋਂ ਪਹਿਲਾਂ ਉਸ ਨੇ ਇੱਕ ਸੁਸਾਈਡ ਨੋਟ ਛੱਡਿਆ ਜਿਸ ਵਿੱਚ ਉਸ ਨੇ ਪੀਐਮ ਮੋਦੀ ਨੂੰ ਆਪਣੀ ਆਖਰੀ ਇੱਛਾ ਪੂਰੀ ਕਰਨ ਦੀ ਕਿਹਾ ਇਸ ਦੇ ਵਿੱਚ ਕਥਿਤ ਸੁਸਾਈਡ ਨੋਟ ਦੇ ਵਿੱਚ ਲੜਕੇ ਨੇ ਪੀਐਮ ਮੋਦੀ ਨੇ ਇੱਕ ਸੰਗੀਤ ਵੀਡੀਓ ਬਣਾ ਲੀ ਕਿਹਾ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਕਿਸ਼ੋਰ ਨੇ ਬੇਨਤੀ ਕੀਤੀ ਕਿ ਉਹ ਵੀਡੀਓ ਵਿੱਚ ਗਾਇਕ ਅਰਜ ਸਿੰਘ ਦੇ ਗਾਉਣ ਤੇ ਨੇਪਾਲੀ ਕਲਾਕਾਰ ਸੁਸ਼ਾਂਤ ਖੰਤਰੀ ਡਾਂਸ ਕੋਰੀਓਗ੍ਰਾਫੀ ਕਰਨ ਕਿਸ਼ੋਰ ਦੇ ਚਿੱਠੀ ਦੇ ਵਿੱਚ ਲਿਖਿਆ ਕਿ ਇਹ ਸੰਗੀਤ ਵੀਡੀਓਜ਼ ਦੀ ਆਤਮਾ ਨੂੰ ਸ਼ਾਂਤੀ ਦੇਵੇਗਾ ਪਿਛਲੇ 24 ਘੰਟਿਆਂ ਵਿੱਚ 14313 ਨਵੇਂ ਕੋਰੋਨਾ ਕੇਸ 181 ਲੋਕਾਂ ਦੀ ਮੌਤ ਦੇਸ਼ ਦੇ ਵਿੱਚ ਕਾਰਤਕ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਹੁਣ ਫਿਰ ਘਟਣੇ ਸ਼ੁਰੂ ਹੋ ਗਏ ਨੇ ਦੱਸਦੀਏ ਮੰਗਲਵਾਰ ਨੂੰ ਲਗਾਤਾਰ ਦੂਜੀ ਵਾਰ ਦੇਸ਼ ਦੇ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਚ ਗ੍ਰਾਵਟਾਈ ਅਤੇ 141 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਹੁਣ ਤੱਕ 450663 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ ਟੀਕੇ ਦੀਆਂ 65 ਲੱਖ ਤੋਂ ਵੱਧ ਖੁਰਾਕਾ ਦਿੱਤੀਆਂ ਗਈਆਂ ਸਨ। ਦਿੱਲੀ ਦੇ ਵਿੱਚੋਂ ਪਾਕਿਸਤਾਨੀ ਅੱਤਵਾਦੀ ਗ੍ਰਫਤਾਰ ਤਿਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਦਿੱਲੀ ਪੁਲਿਸ ਅਤੇ ਖੂਫੀਆ ਵਿਭਾਗ ਪੂਰੀ ਤਰ੍ਹਾਂ ਤਿਆਰ ਇਸੇ ਕੜੀ ਦੇ ਵਿੱਚ ਮੰਗਲਵਾਰ ਨੂੰ ਦਿੱਲੀ ਪੁਲਿਸ ਤੇ ਵਿਸ਼ੇਸ਼ ਚੱਲ ਨੇ। ਇੱਕ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਦੇ ਵਿੱਚ ਲక్ష్ਮੀਨਗਰ ਤੋਂ ਗ੍ਰਿਫਤਾਰ ਕੀਤਾ ਫੜੇ ਗਏ ਅੱਤਵਾਦੀ ਦਾ ਨਾਮ ਮੁਹੰਮਦ ਅਸ਼ਰਫ ਉਰਫ ਆਲੀ ਦੱਸਿਆ ਜਾ ਰਿਹਾ ਹੈ ਅੱਤ ਪਾਕਿਸਤਾਨ ਨੇ ਪੰਜਾਬ ਦੇ ਨਾਰੋਵਾਲ ਦਾ ਵਸਨੀਕ ਹੈ ਤੇ ਫੜੇ ਜਾਣ ਦੇ ਸਮੇ 1.47.50 ਗੋਲੀਆਂ ਤੇ ਹੈਂਡ ਗ੍ਰਨੇਡ ਵੀ ਬੰਦਗੀਤ ਉਸ ਕੋਲ ਭਾਰਤੀ ਪਾਸਪੋਰਟ ਵੀ ਆ ਪੁਲਸ ਨੂੰ ਉਸ ਦੇ ਕੋਲ ਇੱਕ ਨਕਲੀ ਆਈਡੀ ਵੀ ਮਿਲੀ ਜਿਸ ਦੇ ਵਿੱਚ ਦਿੱਲੀ ਦੇ ਸ਼ਾਸਤਰੀ ਨਾਂ ਕਰਦੇ ਪਤੇ ਦਾ ਜ਼ਿਕਰ ਹੈ ਪੰਜਾਬ ਦੇ ਵਿੱਚ ਬਲੈਕਆਊਟ ਦਾ ਖਤਰਾ ਸੀਐਮ ਚੰਨੀ ਬੋਲੇ ਨਹੀਂ ਗੁੱਲ ਹੋਣ ਦੇਵਾਂਗੇ 32 ਕੋਲਾ ਸੰਕਟ ਦੇ ਕਾਰਨ ਪੰਜਾਬ ਦੇ ਵਿੱਚ ਬਲੈਕਆਊਟ ਦਾ ਖਤਰਾ ਮੰਡਰਾਉਣ ਲੱਗਾ ਹੈ ਜਿਸ ਕਾਰਨ ਸ਼ਹਿਰਾਂ ਦੇ ਵਿੱਚ ਪੰਜ ਅਤੇ ਪਿੰਡੂ ਇਲਾਕਿਆਂ ਦੇ ਵਿੱਚ 8 8 ਘੰਟੇ ਦੇ ਵੱਡੇ ਤੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਇਸ ਵੇਲੇ ਥਟਮਲ ਪਲਾਂਟਾਂ ਦੇ ਵਕ ਵਕ ਜੁੰਟ 14 ਜੁੰਟ ਕੋਲੇ ਦੀ ਕਮੀ ਕਰ ਨਹੀਂ ਬੰਦ ਹੋ ਗਏ ਨੇ ਤੇ ਗੋਇੰਦਵਾਲ ਸਾਹਿਬ ਜੀਵੀਕੇ ਪਲਾਂਟ ਵਿੱਚ ਕੋਲਾ ਖਤਮ ਹੋ ਚੁੱਕਾ ਹੈ ਰਾਜਪੁਰਾ ਥਰਮਲ ਪਲਾਂਟ ਵਿੱਚ ਡੇਢ ਦਿਨ ਤੇ ਤਲਵੰਡੀ ਸਾਬੋ ਵਿੱਚ ਡੇਢ ਦਿਨ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਵਿੱਚ 3 ਦਿਨ ਦਾ ਕੂਲਾ ਬਚਿਆ ਹੈ। ਅਮੂਲ ਵੱਲੋਂ 6000 ਰੁਪਏ ਮਿਲਣ ਦਾ ਦਾਵਾ WhatsApp ਤੇ ਵਾਇਰਲ ਹੋ ਰੇ ਲਿੰਕ ਦੀ ਸਨਚਾਈ। ਹਰ ਰੋਜ਼ ਸਾਡੇ ਫੋਨਾਂ ਜਾਂ WhatsApp ਤੇ ਕਈ ਅਜਿਹੇ ਮੈਸੇਜ ਆਉਂਦੇ ਹਨ ਜੋ ਪਹਿਲਾਂ ਲਾਲਚ ਦਿੰਦੇ ਨੇ ਤੇ ਬਾਅਦ ਦੇ ਵਿੱਚ ਵੱਡੇ ਖੁਲਾਸਾ ਹੁੰਦਾ ਹੈ ਹੁਣ ਕੁਝ ਦੇਸ਼ ਕੁਝ ਕੁਝ ਲੋਕ ਦੇਸ਼ ਦੀ ਵੱਡੀ ਤੇ ਮਸ਼ਹੂਰ ਕੰਪਨੀ ਅਮੂਲ ਦੇ ਨਾਂ ਤੇ ਆਨਲਾਈਨ ਧੋਖਾਧੜੀ ਕਰ ਰਹੇ ਨੇ ਤੁਹਾਨੂੰ ਕਿਸੇ ਜਾਣਕਾਰ ਦਾ ਕਿਸੇ ਸਮੂਹ ਦੁਆਰਾ ਵਟਸਐਪ ਤੇ ਕੋਈ ਲਿੰਕ ਮਿਲਿਆ ਜਿਸ ਰਾਹੀਂ ਹੀ ਜਾਣਕਾਰੀ ਦਿੱਤੀ ਜਾ ਰਹੀ ਕਿ ਤੁਹਾਨੂੰ 6 6000 ਰੁਪਏ ਮਿਲਣਗੇ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਲਿੰਕ ਬਿਲਕੁਲ ਫੇਕ ਹੈ ਅਮੂਲ ਕੰਪਨੀ ਨੇ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਹੈ ਭਾਰਤ ਦਾ শেয়ার ਬਾਜ਼ਾਰ ਬ੍ਰਿਟੇਨ ਦੇ শেয়ার ਬਾਜ਼ਾਰ ਨੂੰ ਮਾਤ ਦੇ ਕੇ ਹੋ ਸਕਦਾ ਦੁਨੀਆ ਦੇ ਟੌਪ 5 ਕਲੱਬਾਂ ਦੇ ਵਿੱਚ ਦਾਖਲ ਭਾਰਤ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਗਲੋਬਲ ਮਾਰਕੀਟ ਵਿੱਚ ਤੇਜ਼ੀ ਨਾਲ ਆਪਣੀ ਪਕੜ ਮਜ਼ਬੂਤ ਕੀਤੀ ਹੈ ਇਸੇ ਕਾਰਨ ਹੈ ਕਿ ਬਾਜ਼ਾਰ ਮੁੱਲ ਦੇ ਮਾਮਲੇ ਵਿੱਚ ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਛੇਤੀ ਹੀ ਬ੍ਰਿਟੇਨ ਨੂੰ ਪਛਾੜ ਸਕਦਾ ਹੈ ਇਸ ਨਾਲ ਭਾਰਤ ਬਾਜ਼ਾਰ ਮੁੱਲ ਦੇ ਲਿਹਾਜ਼ ਦੇ ਨਾਲ ਦੁਨੀਆ ਦੇ ਚੋਟੀ ਦੇ 5 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ ਮਾਰਕੀਟ ਪੂੰਜੀਕਰਨ 2024 ਤੱਕ 5 ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਕੌਮੀ ਕਾਂਗਰਸ ਦਾ ਵੱਡਾ ਚਿਹਰਾ ਬਣ ਕੇ ਉਭਰੇ ਰਮਿੰਦਰ ਆਂਮਲਾ ਮਿਲੀ ਵੱਡੀ ਜ਼ਿੰਮੇਵਾਰੀ ਕਾਂਗਰਸ ਦੇ ਵਿੱਚ ਮਿਹਨਤ ਦਾ ਮੁੱਲ ਮਿਲਦਾ ਘਟ ਤੋਂ ਘਟ। ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਮਲਾ ਇਸ ਦਾ ਪ੍ਰਤੱਖ ਸਬੂਤ ਨੇ ਬੂਥ ਏਜੰਟ ਤੋਂ ਰਾਜਨੀਤਿਕ ਸਫ਼ਰ ਦਾ ਆਗਾਜ਼ ਕਰਨ ਵਾਲੇ ਰਮਿੰਦਰ ਆਂਮਲਾ ਨੂੰ ਕਾਂਗਰਸ ਨੇ ਪਾਰਟੀ ਪ੍ਰਤੀ ਨਿਸ਼ਚਿਤਤਾ ਮਿਹਨਤ ਲਗਣਾ ਤੇ ਕੰਮ ਦਾ ਮੁੱਲ ਦਿੰਦੇ ਹੋਏ ਹੁਣ ਕੌਮੀ ਪੱਧਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਕਰਨਾਟਕ ਦੇ ਜਨਰਲ ਸਿਕੱਤਰ ਇਨਚਾਰਜ ਦੇ ਨਾਲ ਕੌਮੀ ਸਿਕੱਤਰ ਦੀ ਵੀ ਜ਼ਿੰਮੇਵਾਰੀ ਸੌਂਪਦੇ ਹੋਏ ਅਟੈਚ ਕੀਤਾ ਗਿਆ ਹੈ। ਉਹ ਅੰਡੇਮਾਨੀ ਕੇਬਾਰ ਟਾਪੂ ਸਮੂਹ ਤੋਂ ਕਾਂਗਰਸ ਸੰਸਦ ਕਲਦੀਪ ਰਾਏ ਸ਼ਰਮਾ ਨੂੰ ਵੀ ਕਰਨਾਟਕ ਦਾ ਕੌਮੀ ਸਿਕੱਤਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਖੁਰਾਕ ਨਿਗਮ ਚੋਂ 860 ਚੌਂਕੀਦਾਰਾਂ ਦੀ ਭਰਤੀ 8ਵੀਂ ਪਾਸ ਨੂੰ ਸਰਕਾਰੀ ਨੌਕਰੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਚੋਂ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਕੰਮ ਦੀ ਖਬਰ ਆ ਭਾਰਤੀ ਖੁਰਾਕ ਨਿਗਮ ਨੇ। ਪੰਜਾਬ ਦੇ ਵੱਖ-ਵੱਖ ਰਾਜਾਂ ਦੇ ਵਿੱਚ ਡਿਪੂਆਂ ਚ 860 ਚੌਕੀਦਾਰਾਂ ਦੀਆਂ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਨਿਗਮ ਦੁਆਰਾ ਜਾਰੀ ਕੀਤੇ ਗਏ ਚੌਕੀਦਾਰ ਭਰਤੀ ਨੋਟੀਫਿਕੇਸ਼ਨ ਦੇ ਅਨੁਸਾਰ ਪੰਜਾਬ ਦੀ ਪ੍ਰਬੰਧਕੀ ਲੋੜ ਅਨੁਸਾਰ ਐਲਾਨ ਖਾਲੀ ਅਸਾਮੀਆਂ ਦੀ ਸੰਖਿਆ ਵਧ ਜਾਂ ਘਟ ਸਕਦੀ ਹੈ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਐਫਸੀਆਈ ਦੁਆਰਾ ਨਿਰਧਾਰਤ ਫਾਰਮੈਟ ਰਾਹੀਂ ਅਰਜ਼ੀ ਦੇ ਸਕਦੇ ਨੇ ਅਰਜ਼ੀ ਦੀ ਆਖਰੀ ਮਿਤੀ 10 ਨਵੰਬਰ 2021 ਨਿਰਧਾਰਤ ਕੀਤੀ ਗਈ ਹੈ ਪੰਜ ਸ਼ਹੀਦਾਂ ਦੀ ਕੁਰਬਾਨੀ ਕੋਈ ਇਕਲੌਤਾ ਕਮਾਨ ਵਾਲਾ ਸੀ ਤੇ ਕੋਈ ਘਰ ਪਰਤਣ ਵਾਲਾ ਸੀ ਸੋ ਜੰਮੂ ਦੇ ਸਰਹੱਦੀ ਜ਼ਿਲ੍ਹੇ ਪੌਂਚ ਦੇ ਕਸ਼ਮੀਰ ਦੇ ਵਿੱਚ ਸ਼ੌਂਪੀਆ ਨੂੰ ਜੋੜਨ ਵਾਲੇ ਮੁਗਲ ਮਾਰਗ ਤੇ ਚਾਮ ਰੇਡ ਦੇ ਜੰਗਲਾਂ ਵਿੱਚ ਅੱਤਵਾਦੀਆਂ ਨਾਲ ਖਤਰਨਾਕ ਐਨਕਾਊਂਟਰ ਦੌਰਾਨ ਇੱਕ ਜੂਨੀਅਰ ਕਮਿਸ਼ਨਰਡ ਆਫੀਸਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ ਇਹਨਾਂ ਦੇ ਵਿੱਚ ਪੰਜਾਬ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨਾਇਕ ਮਨਦੀਪ ਸਿੰਘ ਤੇ ਸਾਰਦ ਸਿੰਘ ਵਿਸਾਖ ਐਚ ਸ਼ਾਮਲ ਹਨ ਤੇ ਗੱਜਣ ਸਿੰਘ ਵੀ ਸ਼ਾਮਲ ਹਨ ਵੱਡੀ ਖਬਰ ਹੈ ਜੀ अडानी ਗਰੁੱਪ ਦੇ ਹੱਥਾਂ 'ਚ ਆਈਆਂ ਇੱਕ ਹੋਰ 에ਰਪੋਰਟ ਦੀਆਂ ਚਾਬੀਆਂ ਰਾਜਸਥਾਨ ਦੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਜ਼ਿੰਮੇਵਾਰੀ ਹੁਣ अडानी ਗਰੁੱਪ ਦੇ ਹੱਥਾਂ ਵਿੱਚ ਆ ਗਈ ਇਸ ਦੇ ਸੰਚਾਲਨ ਸਮੇਤ ਸਾਰੇ ਮਹੱਤਵਪੂਰਨ ਫੈਸਲੇ ਹੁਣ अडानी ਹੋਰੀ ਆਪ ਲੈਣਗੇ अडानी ਸਮੂਹ ਨੇ ਸੋਮਵਾਰ ਤੋਂ 에ਰਪੋਰਟ ਅਥਾਰਟੀ ਆਫ ਇੰਡੀਆ ਤੋਂ ਇਸ ਦਾ ਕੰਟਰੋਲ ਹਾਸਲ ਕਰ ਲਿਆ ਮਤਲਬ ਤਾਲੇ ਦੀ ਚਾਬੀ ਹੁਣ अडानी ਦੇ ਹੱਥ ਵਿੱਚ ਹੈ ਸਰਕਾਰ ਨੇ ਹਵਾਈ ਅੱਡਾ 50 ਸਾਲਾਂ ਲਈ अडानी ਸਮੂਹ ਨੂੰ ਲੀਜ਼ ਤੇ ਵੰਡ ਦੇ ਦਿੱਤਾ ਹੈ ਤੇ ਹਵਾਈ ਅੱਡੇ ਦੇ ਡਾਇਰੈਕਟਰ ਜੇਐਸ ਬਲਹਾਰਾ ਨੇ ਸੋਮਵਾਰ ਨੂੰ ਅਦਾਨੀ ਜੈਪੁਰ ਇੰਟਰਨੈਸ਼ਨਲ ਲਿਮਿਟਿਡ ਦੇ ਮੁੱਖ ਹਵਾਈ ਅੱਡਾ ਅਧਿਕਾਰੀ ਵਿਸ਼ੂ ਚਾਹ ਨੂੰ ਹਵਾਈ ਅੱਡੇ ਦੀਆਂ ਪ੍ਰਤੀਕਾਤਮਕ ਚਾਬੀਆਂ ਸੌਂਪੀਆਂ। ਅਮਿਤ ਖਰੇ ਪ੍ਰਧਾਨ ਮੰਤਰੀ ਮੋਦੀ ਦੇ ਸਲਾਹਕਾਰ ਨਿਯੁਕਤ 1985 ਬੈਚ ਦੇ ਸੇਵਾਮੁਕਤ ਆਈਐਸ ਅਧਿਕਾਰੀ ਨੂੰ ਸਾਬਕਾ ਮੁੱਖੀ ਸਰੋਤ ਅਤੇ ਸੂਚਨਾ ਪ੍ਰਸਾਰਣ ਸਕੱਤਰ ਅਮਿਤ ਖਰੇ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਰਾਦਾ ਵੜਿੰਗ ਦੇ ਵੱਲੋਂ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟਰੈਕਿੰਗ ਸਿਸਟਮ ਲਾਉਣ ਦਾ ਐਲਾਨ ਪੰਜਾਬ ਰੋਡਵੇਜ ਅਤੇ ਪੰਨ ਬੱਸ ਟਰੈਕਿੰਗ ਸਿਸਟਮ ਮਾਨਿਟਰਿੰਗ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਕੀਤੀ ਸਮੀਖਿਆ ਆਨਲਾਈਨ ਸਿਸਟਮ ਨਾਲ ਬੱਸਾਂ ਤੇ ਸਟਾਪ ਦੀਆਂ ਅਸਲ ਸਮੇਂ ਦੀਆਂ ਗਤੀਵਿਧੀਆਂ ਦੀ ਕੀਤੀ ਜਾ ਰਹੀ ਹੈ ਨਿਗਰਾਨੀ ਟਰਾਂਸਪੋਰਟ ਮੰਤਰੀ ਨੇ ਫੀਲਡ ਵਿੱਚ ਜਨਰਲ ਮੈਨੇਜਰਾਂ ਡਰਾਈਵਰਾਂ ਤੇ ਕੰਡਕਟਰਾਂ ਨੂੰ ਫੋਨ ਕਰਕੇ ਲਈ ਜਾਣਕਾਰੀ ਵਧਿਆ ਕਰ ਗੁਜ਼ਾਰੀ ਵਾਲੇ ਜਨਰਲ ਮੈਨੇਜਰ ਡਰਾਈਵਰਾਂ ਤੇ ਕੰਡਕਟਰਾਂ ਨੂੰ ਹਰ 15 ਰਵਾੜੇ ਕੀਤਾ ਜਾਵੇਗਾ ਸਨਮਾਨਤ ਉਨ੍ਹਾਂ ਨੇ ਕਿਹਾ ਜੀ ਪਣ ਬਸਦੀਆਂ 1450 ਬਸਾਂ ਦੇ ਵਿੱਚ ਇਹ ਸਿਸਟਮ ਲਾਗੂ ਕੀਤਾ ਜਾ ਚੁੱਕਾ ਜੋ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਔਰਤਾਂ ਲਈ ਬਸਾਂ ਦੇ ਵਿੱਚ ਪੈਨਿਕ ਬਟਨ ਮੁਹੱਈਆ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਬਸਾਂ ਦੇ ਪਾਰਦਰਸ਼ੀ ਅਤੇ ਸਮਾਵੰਦ ਆਉਣ ਜਾਣ ਦੇ ਲਈ ਕੇਂਦਰੀ ਨਿਗਰਾਨੀ ਦਾ ਕੰਟਰੋਲ ਰੂਮ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ ਹੈ ਸਿੱਖਿਆ ਮੰਤਰੀ ਕਰਨਗੇ ਮੁਲਾਜ਼ਮਾਂ ਦੇ ਮਸਲੇ ਹੱਲ ਇੱਕ ਹੀ ਦਿਨ ਦੇ ਵਿੱਚ 30 ਦੇ ਕਰੀਬ ਯੂਨੀਅਨਾਂ ਨਾਲ ਮੀਟਿੰਗਾਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਵੱਲੋਂ ਸਿੱਖਿਆ ਵਿਭਾਗ ਦੇ ਨਾਲ ਸਬੰਧਤ ਅਧਿਆਪਕਾਂ ਦੀਆਂ ਹੋਰ ਮੰਗਾਂ ਦੇ ਨਿਪਟਾਰੇ ਦਾ ਫੌਰੀ ਹੱਲ ਕਰਨ ਦੇ ਲਈ ਅੱਜ ਪੰਜਾਬ ਭਵਨ ਚੰਦੀਕੜ ਦੇ ਵਿੱਚ ਮੀਟਿੰਗ ਕੀਤੀ ਗਈ ਇਹਨਾਂ ਮੀਟਿੰਗਾਂ ਦੇ ਵਿੱਚ ਸਿੱਖਿਆ ਵਿਭਾਗ ਦੇ ਵੱਖ-ਵੱਖ ਕਾਡਰ ਦੇ ਮੁਲਾਜ਼ਮਾਂ ਨਾਲ ਚੱਲ ਰਹੀ ਆ ਭਾਰਤੀ ਨਾਲ ਸਬੰਧਤ ਉਮੀਦਵਾਰਾਂ ਤੇ ਬੇਰੋਜ਼ਗਾਰਾਂ ਨਾਲ ਸਬੰਧਤ 30 ਦੇ ਕਰੀਬ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਗਿਆ ਦੱਸ ਦਈਏ ਕਿ ਸਿੱਖਿਆ ਮੰਤਰੀ ਨੇ ਸੋਮਵਾਰ ਨੂੰ ਅਧਿਆਪਕ ਯੂਨੀਅਨ ਮੰਗਾਂ ਤੇ ਉਹਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਜਿਹੜੇ ਮਸਲੇ ਹੱਲ ਹੋ ਸਕਦੇ ਨੇ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਐਸ ਸਬੰਧੀ ਸਿੱਖਿਆ ਮੰਤਰੀ ਨੇ ਅੱਜ ਹੀ ਮੀਟਿੰਗਾਂ ਕੀਤੀਆਂ ਧੰਨਵਾਦ